ਵਿਦਾਇਗੀ ਦੇ ਸਨਮਾਨ ਸਮਾਰੋਹ ਚਰਨਜੀਤ ਸਿੰਘ ਮਾਨ ਦੀ ਰਿਟਾਇਰਮੈਂਟ ਮੌਕੇ ਉਹਨਾਂ ਦੇ ਗ੍ਰਹਿ ਵਿਖੇ ਸੁਖਮਨੀ ਸਾਹਿਬ ਜੀ ਦੇ ਭੋਗ ਤੋਂ ਬਾਅਦ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਸਬ ਡਿਵੀਜ਼ਨ ਬਾਜਾਖਾਨਾ ਦੇ SDO ਭੁਪਿੰਦਰ ਸਿੰਘ ਪੰਜਗਰਾਈ, RA ਮਨੋਜ ਕੁਮਾਰ, JE ਗੁਰਜੀਤ ਸਿੰਘ ਖਾਲਸਾ, JE ਨਛੱਤਰ ਸਿੰਘ, ਖੁਸ਼ਦੀਪ ਸਿੰਘ ਪ੍ਰਧਾਨ, ਸਿਮਰਜੀਤ ਸਿੰਘ, ਹਰਪ੍ਰੀਤ ਸਿੰਘ ਸਰਕਲ ਸਕੱਤਰ, ਸੁਰਿੰਦਰਪਾਲ ਸਿੰਘ ਪੈਨਸ਼ਨਰ, ਐਸੋਸੀਏਸ਼ਨ ਦੇ ਆਗੂ, ਚਰਨਜੀਤ ਸਿੰਘ ਮਾਂ ਦੇ ਦੋਸਤ ਅਤੇ ਰਿਸ਼ਤੇਦਾਰਾਂ ਨੇ ਵੀ ਸ਼ਮੂਲੀਅਤ ਕੀਤੀ। ਸਨਮਾਨ ਚਿੰਨ੍ਹ ਦੇ ਤੋਹਫ਼ੇ ਦਿੱਤੇ। ਚਰਨਜੀਤ ਸਿੰਘ ਮਾਨ ਨੇ 36 ਸਾਲ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਸੇਵਾ ਕੀਤੀ ਅਤੇ ਟੈਕਨੀਕਲ ਸਰਵਿਸ ਯੂਨੀਅਨ ਵਿੱਚ ਵੀ ਵੱਖ ਵੱਖ ਅਹੁਦਿਆਂ 'ਤੇ ਕੰਮ ਕੀਤਾ। ਸਟੇਟ ਸੈਕਟਰੀ ਦੀ ਭੂਮਿਕਾ ਸੁਮਿੰਦਰ ਸਿੰਘ TSU ਬਾਜਾਖਾਨਾ ਨੇ ਨਿਭਾਈ। ਹਾਂਜੀ ਵੀਰ ਜੀ, ਜਿਹੜੀ ਅੱਜ ਚਰਨਜੀਤ ਸਿੰਘ ਮਾਨ ਨੂੰ ਵਿਦਾਇਗੀ ਪਾਰਟੀ ਤੁਹਾਡੇ ਵੱਲੋਂ ਦਿੱਤੀ ਗਈ, ਇਹਦੇ ਬਾਰੇ ਅੱਜ ਤੁਸੀਂ ਕੀ ਕਹਿਣਾ ਚਾਹੋਗੇ? ਜੋ ਸਾਡੇ ਇੱਕ ਸਬਡਿਵੀਜ਼ਨ ਬਾਜਾਖਾਨਾ ਤੋਂ JE ਚਰਨਜੀਤ ਸਿੰਘ ਮਾਨ, ਜੋ ਅੱਜ 31/4/2024 ਨੂੰ ਲਗਭਗ 36 ਸਾਲ ਦੀ ਸੇਵਾ ਕਰਦੇ ਹੋਏ ਬਿਜਲੀ ਬੋਰਡ ਵਿੱਚ ਅੱਜ ਰਿਟਾਇਰ ਹੋਏ ਆ, ਸਾਡੀ ਜਥੇਬੰਦੀ ਵੱਲੋਂ ਬਹੁਤ ਹੀ ਉਹਨੂੰ ਮਾਣ ਸਨਮਾਨ ਨਾਲ ਅੱਜ ਰਿਟਾਇਰਮੈਂਟ ਪਾਰਟੀ ਵਿਦਾਇਗੀ ਪਾਰਟੀ ਦਿੱਤੀ। ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਉਹਨਾਂ ਨੂੰ? ਹੋਰ ਉਹਨਾਂ ਵੱਲੋਂ ਸੰਦੇਸ਼ ਸਾਡਾ ਇਹੀ ਆ ਵੀ ਜਿਹੜਾ ਅੱਜ ਕੱਲ੍ਹ ਨੌਕਰੀ ਆ ਸਾਰੀ ਇਮਾਨਦਾਰੀ ਨਾਲ ਕਰਨੀ ਚਾਹੀਦੀ ਆ, ਬਿਨਾਂ ਰਿਸ਼ਵਤਖੋਰੀ ਤੋਂ ਅੱਜ ਡਿਊਟੀ ਕਰਨੀ ਚਾਹੀਦੀ। ਮੇਰਾ ਨਾਮ ਸ਼ਮਿੰਦਰ ਸਿੰਘ, ਸੈਕਟਰੀ ਸਬ ਡਿਵੀਜ਼ਨ ਬਾਜਾਖਾਨਾ ਜੀ। ਅੱਜ ਦਾ ਜਿਹੜਾ ਸਨਮਾਨ ਸਮਾਰੋਹ ਹੋਇਆ ਜੀ, ਇੰਜੀਨੀਅਰ ਚਰਨਜੀਤ ਸਿੰਘ ਮਾਨ ਸਾਹਿਬ ਬਿਜਲੀ ਬੋਰਡ 'ਚੋਂ ਰਿਟਾਇਰ ਹੋਏ ਆ, ਉਹਨਾਂ ਨੇ ਲਗਭਗ 36 ਸਾਲ ਦੇ ਕਰੀਬ ਆਪਦੀ ਬੇਦਾਗ ਜਿਹੜੀ ਸਰਵਿਸ ਕੀਤੀ ਹੈ। ਜਿੱਥੇ ਉਹਨਾਂ ਨੇ ਮਹਿਕਮੇ ਦੇ ਵਿੱਚ 36 ਸਾਲ ਸਰਵਿਸ ਕੀਤੀ ਹੈ, ਉੱਥੇ ਉਹਨਾਂ ਨੇ ਟੈਕਨੀਕਲ ਸਰਵਿਸ ਯੂਨੀਅਨ ਦੇ ਵਿੱਚ ਸ਼ੁਰੂ ਤੋਂ ਲੈ ਕੇ ਅਤੇ ਜਿੰਨੇ ਵੀ ਘੋਲ ਲੜੇ ਗਏ ਉਹਨਾਂ ਦੇ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਹੈ। ਅੱਜ ਦਾ ਜਿਹੜਾ ਇਹ ਸਨਮਾਨ ਸਮਾਰੋਹ ਜਥੇਬੰਦੀ ਵੱਲੋਂ ਹੀ ਕੀਤਾ ਗਿਆ ਜੀ। ਟੈਕਨੀਕਲ ਸਰਵਿਸ ਯੂਨੀਅਨ ਦੇ ਸਾਡੇ ਆਗੂ ਦਰਸ਼ਨ ਸਿੰਘ ਸਰਾਵਾਂ, ਜ਼ੋਨ ਪ੍ਰਧਾਨ ਬਠਿੰਡਾ, ਇਸ ਤੋਂ ਇਲਾਵਾ ਸਾਡੇ ਡਿਵੀਜ਼ਨ ਆਗੂ ਨਰਿੰਦਰਜੀਤ ਸਿੰਘ ਜੀ ਜੈਤੋ, ਅਤੇ ਮੈਂ ਸਬ ਡਿਵੀਜ਼ਨ ਤੋਂ ਸੈਕਟਰੀ ਸ਼ਮਿੰਦਰ ਸਿੰਘ, ਅਤੇ ਸਾਰੇ ਸਾਡੇ ਸਾਥੀਆਂ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਹੈ ਅਤੇ ਉਹਨਾਂ ਨੂੰ ਮਾਣ ਸਨਮਾਨ ਦੇ ਨਾਲ ਅੱਜ ਜਿਹੜੀ ਵਿਦਾਇਗੀ ਪਾਰਟੀ ਉਹ ਦਿੱਤੀ ਗਈ। ਮੈਂ ਸਿਮਰਨਜੀਤ ਸਿੰਘ ਕਾਸਮ ਭੱਟੀ, ਸਬ ਡਿਵੀਜ਼ਨ ਪ੍ਰਧਾਨ ਬਾਜਾਖਾਨਾ। ਜਿਹੜੇ ਇੰਜੀਨੀਅਰ ਚਰਨਜੀਤ ਸਿੰਘ ਜੀ ਆ, ਉਹ ਸਾਡੇ ਸਬ ਡਿਵੀਜ਼ਨ ਬਾਜੇਖਾਨੇ ਵਿੱਚ ਇਹਨਾਂ ਨੇ ਬਤੌਰ JE ਦੀ ਨੌਕਰੀ ਕੀਤੀ ਆ। ਇਸ ਤੋਂ ਪਹਿਲਾਂ ਇਹਨਾਂ TSU ਵਿੱਚ ਮੁੱਢਲੀਆਂ ਸਫਾਵਾਂ ਵਿੱਚ ਹੋ ਕੇ, ਮੁੱਢਲੀਆਂ ਕਤਾਰਾਂ ਦੇ ਵਿੱਚ ਹੋ ਕੇ ਇਹਨਾਂ ਨੇ ਪ੍ਰਧਾਨਗੀ ਵੀ ਕੀਤੀ ਆ। ਸੋ ਅੱਜ ਅਸੀਂ ਉਹਨਾਂ ਦੀ ਕਮੇਟੀ ਵੱਲੋਂ ਔਰ ਉਹਨਾਂ ਨੂੰ ਵਿਦਾਇਗੀ ਪਾਰਟੀ ਆ ਜਿਹੜੀ ਉਹ ਅੱਜ ਇੱਥੇ ਕੀਤੀ ਆ, ਉਹਦੇ ਵਿੱਚ ਅਸੀਂ ਸਾਰੇ ਜਾਣੀ ਕਿ ਆਏ ਹਾਂ। ਫਰੀਦਕੋਟ ਤੋਂ ਰਾਜਵਿੰਦਰ ਸਿੰਘ ਮਾਨ ਦੀ ਰਿਪੋਰਟ।